ਦੇਖ ਰਹੇ ਹੋ ਲਾਈਵ 'ਤੇ ਚੈਨਲ, ਅੱਜ ਅਸੀਂ ਆਏ ਹੈਗੇ ਹਾਂ ਪਿੰਡ ਖੰਡੂਰ ਦੇ ਵਿੱਚ, ਜਿੱਥੇ ਇੱਕ ਹਰਪਾਲ ਗਿੱਲ ਜੀ ਦੇ ਨਵੇਂ ਗਾਣੇ ਦਾ ਸ਼ੂਟ ਚੱਲਦਾ ਪਿਆ ਹੈਗਾ, ਤਾਂ ਪੂਰੀ ਟੀਮ ਇੱਥੇ ਮੌਜੂਦ ਹੈਗੀ ਹੈ, ਮਹੂਰਤ ਹੋ ਚੁੱਕਿਆ ਹੈਗਾ। ਹਰਪਾਲ ਜੀ, ਕਿਸ ਤਰ੍ਹਾਂ ਦੇਖਦੇ ਹੋ ਅੱਜ ਜਿਹੜਾ ਗਾਣਾ ਸ਼ੂਟ ਹੋ ਰਿਹਾ, ਉਹਦਾ ਟਾਈਟਲ ਕੀ ਰੱਖੋਗੇ ਅਤੇ ਸੌਂਗ ਦੇ ਜਿਹੜੇ ਬੋਲ ਨੇ ਉਹ ਕੀ ਨੇ? ਦੇਖੋ ਭਾਅ ਜੀ, ਦੁਨੀਆ ਦੇ ਉੱਤੇ ਸਭ ਤੋਂ ਵੱਡਾ ਨਾਂ ਜਿਹੜਾ ਉਹ ਮਾਂ ਦਾ, ਮਾਂ ਤੋਂ ਉੱਤੇ ਰੱਬ ਵੀ ਨਹੀਂ, ਕੁਛ ਇੱਦਾਂ ਦੀ ਸੋਚ ਹੈ। ਬਾ ਕਮਾਲ ਲਿਖਿਆ ਸਾਡੇ ਲਾਲੀ ਵੀਰ ਨੇ, ਔਰ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਜ਼ਿੰਦਗੀ ਦੀ ਅਸਲ ਜ਼ਿੰਦਗੀ ਦੀ ਸੱਚਾਈ ਦਿਖਾਈਏ ਇਹਦੇ ਵਿੱਚ, ਕਿ ਮਾਂ ਕਿੰਨਾ ਬੱਚੇ ਦੇ ਵਾਸਤੇ ਤੜਫਦੀ ਆ, ਕਿੰਨੀ ਮਿਹਨਤ ਕਰਦੀ ਆ, ਕਿੱਦਾਂ ਉਹਦਾ ਪਾਲਣ ਪੋਸ਼ਣ ਕਰਦੀ ਆ, ਹੈ ਨਾ। ਐਂਡ ਨੂੰ ਜਦੋਂ ਸਾਨੂੰ ਛੱਡ ਕੇ ਸਾਡੀ ਮਾਂ ਚਲੇ ਜਾਂਦੀ ਆ, ਔਰ ਇਨਸਾਨ 'ਤੇ ਕੀ ਬੀਤਦੀ ਆ, ਉਹ ਕਿੱਦਾਂ ਦਾ ਮਹਿਸੂਸ ਕਰਦਾ, ਉਸ ਚੀਜ਼ ਨੂੰ ਆਪਾਂ ਹਾਜ਼ਰ ਨਾਜ਼ਰ ਰੱਖ ਕੇ ਕੰਮ ਕਰ ਰਹੇ ਹਾਂ ਜੀ। ਸ਼ੂਟ ਸਾਡਾ ਚੱਲ ਰਿਹਾ, ਗਾਣਾ ਅੱਛਾ ਜਾ ਰਿਹਾ, ਔਰ ਬਹੁਤ ਜਲਦੀ ਪੇਸ਼ ਕਰਾਂਗੇ ਭਾਅ ਜੀ। ਅਤੇ ਭਾਅ ਜੀ, ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਪਿੰਡਾਂ ਦੇ ਵਿੱਚ ਪੰਜਾਬੀ ਗਾਣਿਆਂ ਦਾ ਸ਼ੂਟ ਹੁੰਦਾ ਹੈਗਾ, ਲੇਕਿਨ ਜਿਹੜਾ ਸ਼ਹਿਰਾਂ ਦੇ ਵਿੱਚ ਹੁੰਦਾ ਹੈਗਾ, ਉਹਨਾਂ 'ਚ ਅਤੇ ਪਿੰਡਾਂ ਦੇ ਵਿੱਚ ਫਰਕ ਕੀ ਹੁੰਦਾ ਹੈਗਾ? ਭਾਅ ਜੀ ਦੇਖੋ, ਜਿਹੜੇ ਸ਼ਹਿਰਾਂ 'ਚ ਵੱਸਦੇ ਆ ਉਹ ਵੀ ਸਾਡੇ ਭਰਾ ਨੇ, ਆਰਟਿਸਟ ਹੁੰਦਾ ਫੀਲ ਦਾ ਭੁੱਖਾ। ਅਤੇ ਮੈਂ ਸ਼ੁਰੂ ਤੋਂ ਭਾਅ ਜੀ ਦੇਸੀ ਬੰਦਾ, ਮਿੱਟੀ ਨਾਲ ਜੁੜਿਆ ਬੰਦਾ, ਪਿੰਡਾਂ ਦੇ ਨਾਲ ਮੇਰੀਆਂ ਬਹੁਤ ਯਾਦਾਂ ਨੇ। ਹੁਣ ਵੀ ਮੈਂ ਸ਼ਹਿਰ 'ਚ ਨਹੀਂ, ਆਪਾਂ ਤਾਂ ਗੱਲਾਂ ਪਿੰਡ ਵਿੱਚ ਹੀ ਰਹਿ ਰਹੇ ਹਾਂ। ਪਿੰਡਾਂ 'ਚ ਸਾਡੇ ਜਿਹੜੇ ਬਜ਼ੁਰਗ ਨੇ ਉਹ ਤਾਂ ਸਾਨੂੰ ਪਿਆਰ ਕਰਦੇ ਹੀ ਨੇ, ਪਰ ਜਿਹੜਾ ਆਲਾ ਦੁਆਲਾ ਆਂਢ ਗੁਆਂਢ, ਹੈ ਨਾ, ਔਰ ਕੋਈ ਸਾਡਾ ਚਾਚਾ ਹੁੰਦਾ, ਹਰ ਵਰਗ ਨਾਲ ਸਾਡਾ ਇੱਕ ਰਿਸ਼ਤਾ ਹੁੰਦਾ। ਔਰ ਪਿੰਡਾਂ ਦੇ ਵਿੱਚ ਇੱਕ ਚੀਜ਼ ਤੁਹਾਨੂੰ ਬਹੁਤ ਮਿਲੂਗੀ, ਸੱਚਾਈ, ਸਾਫ਼ ਸੁਥਰੇ ਕਿਰਦਾਰ, ਦਿਲੋਂ ਚਾਹੁਣ ਵਾਲੇ ਲੋਕ, ਬਨਾਵਟੀ ਦੁਨੀਆ ਨਹੀਂ ਹੁੰਦੀ। ਜੋ ਜਿਹਦਾ ਕਰਦਾ ਉਹ ਦਿਲੋਂ ਕਰਦਾ, ਸੱਥਾਂ ਵਿੱਚ ਜਾ ਕੇ ਬੈਠਦੇ ਹਾਂ, ਜੇ ਵੈਸੇ ਹੀ ਤੁਸੀਂ ਨੰਗੇ ਜਾ ਰਹੇ ਹੋ ਤੁਹਾਨੂੰ ਆਵਾਜ਼ ਮਾਰ ਲੈਣੀ ਆ, ਉਰਿਆ ਉਹ ਫਲਾਣੇ ਦਿਆ ਮੁੰਡਿਆ, ਹੈ ਨਾ। ਔਰ ਜਦੋਂ ਆਪਾਂ ਕਿਤੇ ਖੜ੍ਹੇ ਹੁੰਦੇ ਹਾਂ ਉਹ ਅਦਬ ਹੁੰਦਾ, ਜਦੋਂ ਕੋਈ ਬਜ਼ੁਰਗ ਜਾ ਰਿਹਾ ਹੁੰਦਾ, ਜੇ ਵੈਸੇ ਹੀ ਆਪਾਂ ਚਾਰ ਮੁੰਡੇ ਖੜ੍ਹੇ ਗੱਲਬਾਤ ਕਰਦੇ ਹੱਸਦੇ ਖੇਡਦੇ ਹੋਈਏ ਨਾ, ਬੰਦਾ ਚੁੱਪ ਕਰ ਜਾਂਦਾ, ਨਹੀਂ ਯਾਰ ਬਾਪੂ ਜਾ ਰਿਹਾ, ਚਾਚਾ ਜਾ ਰਿਹਾ ਨਾ। ਉਹ ਚੀਜ਼ਾਂ ਸਾਨੂੰ ਪਿੰਡਾਂ 'ਚੋਂ ਹੀ ਸਿੱਖਣ ਨੂੰ ਮਿਲਦੀਆਂ। ਸ਼ਹਿਰ ਦੇ ਵਿੱਚ ਕੀ ਹੈ, ਕੋਈ ਚੰਡੀਗੜ੍ਹੋਂ ਆਇਆ, ਕੋਈ ਕਿਤੋਂ ਆ ਕੇ ਰਹਿ ਰਿਹਾ, ਕੋਈ ਕਿਤੋਂ ਆ ਕੇ ਰਹਿ ਰਿਹਾ, ਕੋਠੀ ਕਿਲੋਮੀਟਰ ਲੰਬੀ ਹੁੰਦੀ ਹੈ ਭਾਅ ਜੀ, ਗਵਾਂਢੀ ਦਾ ਪਤਾ ਨਹੀਂ ਹੁੰਦਾ ਆਪਾਂ ਨੂੰ ਵੀ ਨਾਲ ਕੌਣ ਰਹਿ ਰਿਹਾ। ਔਰ ਪਿੰਡਾਂ ਦੇ ਵਿੱਚ ਇਹ ਹੈ, ਸੱਥ ਬਣੀ ਆ, ਪੰਚਾਇਤ ਬਣੀ ਆ, ਹਰੇਕ ਨੂੰ ਪਤਾ ਹੁੰਦਾ। ਤੁਸੀਂ ਪਿੰਡ ਦੇ ਕਿਸੇ ਦੂਜੇ ਕੋਨੇ ਤੋਂ ਜਾ ਕੇ ਪੁੱਛ ਲਓ ਵੀ ਭਾਅ ਜੀ ਫਲਾਣਿਆਂ ਦਾ ਘਰ ਕਿੱਥੇ ਆ, ਔਰ ਤੁਹਾਨੂੰ ਉਹਨਾਂ ਦੇ ਘਰ ਤੱਕ ਛੱਡ ਕੇ ਜਾਣਗੇ। ਇਹ ਫਰਕ ਆ ਸ਼ਹਿਰ ਦਾ ਅਤੇ ਪਿੰਡ ਦਾ, ਕਿਉਂਕਿ ਸ਼ਹਿਰ ਦੀ ਜਿਹੜੀ ਜ਼ਿੰਦਗੀ ਆ ਉਹ ਬਹੁਤ ਬਿਜ਼ੀ ਹੁੰਦੀ ਆ, ਹਰ ਬੰਦੇ ਕੋਲ ਸਮਾਂ ਨਹੀਂ ਹੁੰਦਾ, ਅਤੇ ਇੰਨੀ ਸਾਂਝ ਕਦੀ ਵੀ ਸ਼ਹਿਰਾਂ ਦੇ ਵਿੱਚ ਰਹਿ ਕੇ ਕਿਸੇ ਨਾਲ ਨਹੀਂ ਪੈਂਦੀ। ਇਸ ਕਰਕੇ ਪਿੰਡਾਂ ਦਾ ਸ਼ਹਿਰ ਆਪਣੀ ਜਗ੍ਹਾ ਸਹੀ ਨੇ। ਦੇਖੋ, ਸ਼ਹਿਰਾਂ ਤੋਂ ਬਗੈਰ ਰੁਜ਼ਗਾਰ ਨਹੀਂ ਚੱਲਦਾ, ਔਰ ਪਿੰਡਾਂ ਤੋਂ ਬਗੈਰ ਪਿਆਰ ਨਹੀਂ ਮਿਲਦਾ। ਸ਼ਹਿਰ ਆਪਣੀ ਜਗ੍ਹਾ ਸਹੀ ਨੇ, ਪਿੰਡ ਆਪਣੀ ਜਗ੍ਹਾ ਸਹੀ ਨੇ। ਅਤੇ ਅੱਜ ਮੁਹੂਰਤ ਹੋ ਚੁੱਕਿਆ, ਸ਼ੂਟ ਚੱਲ ਰਿਹਾ ਹੈਗਾ ਪਿੰਡ ਦੇ ਵਿੱਚ, ਔਰ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਭਾਅ ਜੀ, ਮੈਂ ਇੱਕ ਸਿਰੇ ਦਾ ਨਾਸਤਕ ਬੰਦਾ, ਨਾ ਮੈਂ ਗੁਰਦੁਆਰੇ ਜਾਣ 'ਚ ਯਕੀਨ ਰੱਖਦਾ, ਨਾ ਮੈਂ ਮੰਦਰ ਜਾਣ 'ਚ ਯਕੀਨ ਰੱਖਦਾ, ਲੇਕਿਨ ਹਾਂ ਭਗਵਾਨ 'ਤੇ, ਵਾਹਿਗੁਰੂ 'ਤੇ, ਸੱਚੇ ਪਾਤਸ਼ਾਹ 'ਤੇ, ਹਰ ਇੱਕ ਦੇ ਉੱਤੇ ਆਪਣੀ ਆਸਥਾ ਹੈ। ਲੇਕਿਨ ਉਹਦੇ ਤੋਂ ਪਹਿਲਾਂ ਸਾਡੇ ਵਾਸਤੇ ਵਾਹਿਗੁਰੂ, ਰੱਬ, ਪਰਮਾਤਮਾ ਸਾਡੇ ਮਾਂ ਬਾਪ ਨੇ, ਸਾਨੂੰ ਉਹਨਾਂ ਦੀ ਜੀਂਦੇ ਜੀ ਕਦਰ ਕਰਨੀ ਚਾਹੀਦੀ ਆ। ਮਰਿਆਂ ਦੀ ਬਰਸੀ ਮਨਾਉਣ ਨਾਲੋਂ ਚੰਗਾ ਜਿਉਂਦਿਆਂ ਦਾ ਆਦਬ ਕਰੀਏ, ਕਿਉਂਕਿ
ਉਹਨਾਂ ਨੇ ਆਪਣੀ ਡਿਊਟੀ ਦੇ ਦਿੱਤੀ ਅਤੇ ਜਿਹੜੀ ਅੱਜ ਦੀ ਆਪਣੀ ਪੀੜ੍ਹੀ ਆ, ਚਲੋ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਜਿਹੜੀ ਅੱਜ ਦੀ ਸਾਡੀ ਪੀੜ੍ਹੀ ਆ ਉਹਨਾਂ ਨੂੰ ਮੇਰਾ ਇਹੀ ਮੈਸੇਜ ਆ ਕਿ ਸੱਜਣੋ, ਜਿਹੜੇ ਮਾਂ ਬਾਪ ਨੇ ਨਾ, ਜਿਹੜੇ ਇਹ ਅਣਮੁੱਲੇ ਗਹਿਣੇ ਆ, ਦੁਨੀਆ ਉੱਤੇ ਸਭ ਕੁਛ ਮਿਲ ਜੂ ਭਾਅ ਜੀ, ਪਰ ਮਾਂ ਬਾਪ ਨਹੀਂ ਮਿਲਦੇ। ਮਾਂ ਬਾਪ ਦੀ ਰਿਸਪੈਕਟ ਕਰਨੀ ਚਾਹੀਦੀ ਹੈ, ਕਦਰ ਕਰਨੀ ਚਾਹੀਦੀ ਹੈ, ਕਿਉਂਕਿ ਅਸਲੀ ਰਿਸ਼ਤੇ ਇਹੀ ਨੇ ਭਾਅ ਜੀ। ਜੇ ਤੁਹਾਡੇ ਸੱਟ ਲੱਗੀ ਹੈ ਇੱਕ ਵਾਰੀ, ਤੁਹਾਡੀ ਫੈਮਿਲੀ ਦੇ ਵਿੱਚ ਇੱਕ ਵਾਰੀ ਵਾਈਫ ਵੀ ਪੈ ਜੂਗੀ, ਸੌਂ ਜੂਗੀ, ਪਰ ਤੁਹਾਡੀ ਮਾਂ ਜਦ ਤੱਕ ਤੁਸੀਂ ਸਹੀ ਨਹੀਂ ਹੁੰਦੇ ਉਹਨੂੰ ਨੀਂਦ ਨਹੀਂ ਆਉਣੀ। ਮੇਰੇ ਨਾਲ ਹੁਣ ਵੀ ਇਹਦਾ, ਮੈਂ ਬੱਚਿਆਂ ਵਾਲਾ ਹੋ ਗਿਆ ਹੈ ਨਾ, ਪਰ ਸਾਡੀ ਮਾਤਾ ਅੱਜ ਵੀ ਜੇ ਕੋਈ ਵੈਸੇ ਹੀ ਪੈਣ ਲੱਗੇ ਕਹਿਤਾ ਮੇਰਾ ਸਿਰ ਦੁਖਦਾ, ਉਹਨਾਂ ਨੇ ਘੰਟੇ ਦੋ ਘੰਟੇ ਬਾਅਦ ਦਰਵਾਜ਼ਾ ਖੜਕਾ ਕੇ ਪੁੱਛਣਾ ਜ਼ਰੂਰ ਆ ਵੀ ਤੇਰਾ ਸਿਰ ਹਟ ਗਿਆ, ਦੁਖਦਾ ਤਾਂ ਨਹੀਂ, ਠੀਕ ਹਾਂ ਤੂੰ, ਨਹੀਂ ਤਾਂ ਆਪਾਂ ਚੱਲ ਗੱਡੀ ਕੱਢ ਕੇ ਆਪਾਂ ਦਵਾਈ ਲਿਆਉਂਦੇ ਹਾਂ ਨਾ। ਇਹੀ ਚੀਜ਼ਾਂ ਭਾਅ ਜੀ, ਦੇਖੋ ਮਾਂ ਬਾਪ ਨੇ ਆਪਣੀ ਡਿਊਟੀ ਦੇ ਦਿੱਤੀ, ਜਿਹੜੀ ਸਾਡੀ ਡਿਊਟੀ ਬਣਦੀ ਆ, ਡਿਊਟੀ ਨਹੀਂ ਭਾਅ ਜੀ, ਉਹ ਉਹਨਾਂ ਦਾ ਹੱਕ ਆ, ਸਾਡੇ ਮਾਂ ਬਾਪ ਦਾ ਹੱਕ ਆ, ਕਿਉਂਕਿ ਉਹਨਾਂ ਨੇ ਸਾਨੂੰ ਜਨਮ ਦਿੱਤਾ, ਸਾਨੂੰ ਪਾਲਿਆ। ਅਤੇ ਜੇ ਮੈਂ ਅੱਜ ਇੰਟਰਵਿਊ ਕਰ ਰਿਹਾ, ਤੁਸੀਂ ਕਹਿ ਰਹੇ ਹੋ ਸਾਡੇ ਭਾਅ ਜੀ ਹਰਪਾਲ ਗਿੱਲ ਹੈ ਨਾ, ਅਗਰ ਮੈਂ ਇੰਟਰਵਿਊ ਕਰ ਰਿਹਾ ਤਾਂ ਉਹ ਮੇਰੇ ਮਾਂ ਬਾਪ ਦੀ ਮੈਨੂੰ ਪਰਵਰਿਸ਼ ਆ ਜੀ, ਉਹਨਾਂ ਨੇ ਮੈਨੂੰ ਪਰਵਰਿਸ਼ ਵਧੀਆ ਦਿੱਤੀ ਆ ਅਤੇ ਮੈਂ ਇੱਥੇ ਤੱਕ ਪਹੁੰਚਿਆ, ਉਹ ਸਭ ਉਹਨਾਂ ਦਾ ਆਸ਼ੀਰਵਾਦ ਆ ਭਾਅ ਜੀ, ਉਹਨਾਂ ਦੀਆਂ ਬਲੈਸਿੰਗ ਦੇ ਨਾਲ ਹੀ ਆਪਾਂ ਚੱਲ ਰਹੇ ਹਾਂ। ਮੇਰਾ ਹਰ ਬੰਦੇ ਨੂੰ ਇਹੀ ਮੈਸੇਜ ਹੈ ਕਿ ਆਪਣੇ ਮਾਂ ਬਾਪ ਦੀ ਕਦਰ ਜ਼ਰੂਰ ਕਰੋ, ਦੁਨਿਆਵੀ ਰਿਸ਼ਤੇ ਬਣਾਓ ਔਰ ਉਹਨਾਂ ਵਿੱਚ ਢੁੱਕੋ ਵੀ, ਕਿਉਂਕਿ ਭਾਅ ਜੀ ਬਨੋਟੀ ਰਿਸ਼ਤੇਦਾਰੀ ਤਾਂ ਚੱਲਦਾ ਸਿਸਟਮ ਸਾਰਾ ਕੁਝ, ਪਰ ਮੇਰੀ ਜਿਹੜੀ ਆਪਣੀ ਸੋਚ ਆ ਮੈਨੂੰ ਪਸੰਦ ਨਹੀਂ। ਮੇਰੀ ਇਹੀ ਮੈਸੇਜ ਆ ਭਾਅ ਜੀ, ਕਦਰ ਕਰੋ ਰਿਸ਼ਤਿਆਂ ਦੀ, ਮਾਂ ਬਾਪ ਦਾਦਾ ਦਾਦੀ, ਜਦੋਂ ਇਹ ਚਲੇ ਜਾਂਦੇ ਆ ਫਿਰ ਇਹ ਰਿਸ਼ਤੇ ਨਹੀਂ ਮਿਲਦੇ, ਫਿਰ ਬੰਦਾ ਬੈਠ ਕੇ ਸੋਚਦਾ, ਫਿਰ ਉਹ ਇਹ ਬੰਦਾ ਪਰੇਸ਼ਾਨ ਜਦੋਂ ਹੁੰਦਾ ਨਾ, ਫਿਰ ਬੰਦਾ ਸੋਚਦਾ ਯਾਰ ਮੇਰੀ ਮਾਂ ਹੁੰਦੀ ਤਾਂ ਉਹਨੇ ਐਂ ਕਹਿਣਾ ਸੀ, ਪੁੱਤ ਤੂੰ ਹੌਂਸਲਾ ਕਰ, ਤੂੰ ਟੈਨਸ਼ਨ ਨਹੀਂ ਲੈਣੀ, ਫਿਰ ਬੰਦਾ ਸੋਚਦਾ, ਫਿਰ ਉਹਨਾਂ ਚੀਜ਼ਾਂ ਨੂੰ ਬੰਦਾ ਲੱਭਦਾ ਪਰ ਉਹ ਲੱਭਦੀਆਂ ਨਹੀਂ। ਬੈਟਰ ਗੱਲ ਆ ਆਪਾਂ ਜੀਂਦੇ ਜੀ ਉਹਨਾਂ ਦੀ ਕਦਰ ਕਰੀਏ। ਸੋ ਹਰਪਾਲ ਜੀ ਦਾ ਅੱਜ ਸ਼ੂਟ ਚੱਲ ਰਿਹਾ ਹੈਗਾ, ਸ਼ੂਟ ਦੇ ਵਿੱਚ ਜਿਹੜਾ ਗਾਣਾ ਹੋ ਰਿਹਾ ਹੈ ਕਿ ਉਹ ਮਾਂ ਦੇ ਉੱਤੇ ਦਰਸਾਇਆ ਗਿਆ ਹੈਗਾ, ਪੂਰੀ ਇੱਕ ਸਟੋਰੀ ਦਿਖਾਈ ਗਈ ਹੈਗੀ। ਅਤੇ ਅੱਜ ਹਰਪਾਲ ਜੀ ਨੇ ਵੀ ਇਹੀ ਗੱਲ ਕਹੀ ਹੈਗੀ ਵੀ ਜਿਹੜੇ ਜਿਉਂਦੇ ਜੀ ਮਾਂ ਪਿਓ ਹੈਗੇ ਨੇ, ਤੁਹਾਡੇ ਖਾਸ ਰਿਸ਼ਤੇਦਾਰ ਨੇ, ਉਹਨਾਂ ਨੂੰ ਤੁਸੀਂ ਗੱਲਬਾਤ ਕਰੋ, ਉਹਨਾਂ ਦੇ ਨਾਲ ਤੁਸੀਂ ਰਹੋ ਅਤੇ ਉਹਨਾਂ ਦਾ ਜਿਹੜਾ ਪਿਆਰ ਹੈਗਾ, ਜੇ ਮਿਲਦਾ ਪਿਆਰ ਤਾਂ ਲੈ ਲਓ। ਉਹਦੇ ਜਿਹੜਾ ਅੱਜ ਦਾ ਸ਼ੂਟ ਹੋ ਰਿਹਾ ਖੰਡੂਰ ਸਾਹਿਬ ਵਿਖੇ, ਉਹ ਪੂਰੀ ਟੀਮ ਮੇਰੇ ਨਾਲ ਮੌਜੂਦ ਨੇ, ਜੋਨੀ ਜੀ, ਜੋਨੀ ਜੀ ਅੱਜ ਦਾ ਜਿਹੜਾ ਸ਼ੂਟ ਹੈਗਾ ਮਾਂ ਸੌਂਗ ਨੂੰ ਲੈ ਕੇ ਹੈਗਾ ਅਤੇ ਬਹੁਤ ਹੀ ਜ਼ਿਆਦਾ ਮਿਹਨਤ ਕਰਨੀ ਪੈ ਰਹੀ ਹੈਗੀ, ਗਰਮੀ ਵੀ ਬਹੁਤ ਆ। ਸਭ ਤੋਂ ਪਹਿਲਾਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਮੇਰੀ ਟੀਮ ਨੂੰ ਪੂਰੀ ਨੂੰ, ਜੋ ਕਿ ਮੇਰੀ ਪੂਰੀ ਸਪੋਰਟ ਕਰ ਰਹੇ, ਬਿੰਨੀ ਭਾਅ ਜੀ ਸਾਡੇ ਕੋਰੀਓਗ੍ਰਾਫਰ ਜੀ ਅਤੇ ਦੀਪਕ ਰਾਏ ਹੈ ਨਾ ਜੀ, ਸਾਡੇ ਸਿੰਗਰ ਹਰਪਾਲ ਗਿੱਲ ਜੀ, ਪ੍ਰੋਡਿਊਸਰ ਜੈਪਾਲ ਜੀ, ਅਤੇ ਸਭ ਦੀ ਟੀਮ ਦੀ ਮਿਹਨਤ ਆ ਜੀ ਲੱਗੇ ਹੋਏ ਆ ਜੀ ਕਰਨ। ਸਵੇਰੇ ਕਿੰਨੇ ਵਜੇ ਸ਼ੂਟ ਸ਼ੁਰੂ ਹੋਇਆ ਸੀਗਾ ਅਤੇ ਹੁਣ 2 ਵਜੇ ਤੋਂ ਉੱਪਰ ਟਾਈਮ ਹੋ ਚੁੱਕਿਆ? ਸ਼ੂਟ ਸਵੇਰੇ 6 ਵਜੇ ਸਟਾਰਟ ਕਰਤਾ ਸੀ ਅਤੇ ਜਾਊਗਾ ਰਾਤ ਦੇ 12-1 ਤੱਕ। ਕਿੰਨਾ ਕੁ ਲੱਗਦਾ, ਕਿੰਨੀ ਮਿਹਨਤ ਪੈ ਗਈ ਅੱਜ ਦੀ ਡੇਟ 'ਚ? ਮਿਹਨਤ ਭਾਅ ਜੀ ਗਾਣਾ ਦੇਖ ਕੇ ਪਤਾ ਲੱਗੂਗਾ ਜੀ, ਇੱਦਾਂ ਕੁਛ ਨਹੀਂ ਕਹਿ ਸਕਦੇ। ਸਰ ਤੁਸੀਂ ਕੀ ਕਹਿਣਾ ਚਾਹੋਗੇ? ਸਰ ਇੱਕ ਤੋਂ ਗਾਣਾ ਬਹੁਤ ਅੱਛਾ ਹੈ, ਮੈਨੂੰ ਜੈਸੇ ਲੱਗਤਾ ਕਿ ਪਬਲਿਕ ਲੋਕੋ ਕੋ ਬਹੁਤ ਪਸੰਦ ਆਏਗਾ ਗਾਣਾ। ਇੱਕ ਮਾਂ ਇੱਕ ਬੇਟੇ ਕਾ ਪਿਆਰ ਫੀਲਿੰਗ ਹੈ ਨਾ, ਕਿ ਮਾਂ ਆਪਣੇ ਬੇਟੇ ਕੋ ਕੈਸੇ ਪਾਲਤੀ ਹੈ ਨਾ, ਔਰ ਫਿਰ ਬੇਟਾ ਉਸਕੇ ਲਈ ਕਿਆ ਕਿਆ ਕਰਤਾ ਹੈ, ਔਰ ਉਹ ਜਬ ਉਸਕੇ ਪਾਸ ਨਹੀਂ ਹੋਤੀ ਹੈ ਤੋ ਆਪ ਦੇਖੋਗੇ ਕਿਤਨਾ ਫੀਲ ਹੋਤਾ ਹੈ। ਇਹ ਸਭਕੇ ਪਾਸ ਹੀ ਵੈਸੇ ਹੋਤਾ ਹੈ, ਸਭਕੀ ਲਾਈਫ ਮੇਂ ਹੋਤਾ ਹੈ ਐਸਾ ਹੈ ਨਾ, ਕਿ ਜਬ ਮਾਂ ਨਹੀਂ ਰਹਤੀ ਹੈ ਤੋ ਬੇਟੇ ਕੋ, ਤੋ ਵੋ ਲੋਕ ਕੁਛ ਜ਼ਿਆਦਾ ਮਤਲਬ ਲੱਗਤਾ ਹੈ ਕਿ ਅੰਦਰ ਤੱਕ ਸਮਝ ਪਾਏਗੇ ਇਸ ਸੌਂਗ ਕੋ, ਹੈ ਨਾ।
ਥੈਂਕ ਯੂ। ਤੁਸੀਂ ਕਿਸ ਤਰ੍ਹਾਂ ਫੀਲ ਕਰੋ ਪੂਰਾ ਕਹਿੰਦੇ ਰਿਕਾਰਡਿੰਗ ਜਿਹੜਾ ਦਰਮਦਾਰ ਤੁਹਾਡੇ ਸਿਰ 'ਤੇ ਬੈਠਾ ਹੋਇਆ? ਦੇਖੋ ਜੀ, ਮੈਂ ਤਾਂ ਕੈਮਰਾ ਅਟੈਂਡਡ ਹਾਂ, ਠੀਕ ਹੈ ਜੀ, ਜੋ ਵੀ ਸਾਰੀ ਟੀਮ ਦੇ ਵਰਕ ਵਾਲਾ ਕੰਮ, ਅਤੇ ਜਿੱਦਾਂ ਜੋਨੀ ਭਾਅ ਜੀ ਹੋਏ, ਬਿੰਨੀ ਭਾਅ ਜੀ ਹੋਏ, ਦੀਪਕ ਭਾਅ ਜੀ ਹੋਏ, ਸਾਰਿਆਂ ਦੀ ਮਿਹਨਤ ਦੇ ਨਾਲ, ਹਾਂਜੀ, ਅਸੀਂ ਤਾਂ ਮਿਹਨਤ ਕਰਕੇ ਤੁਹਾਡੇ ਅੱਗੇ ਗਾਣਾ ਲੈ ਆਉਣਾ ਦਰਸ਼ਕਾਂ ਸਾਹਮਣੇ। ਬਾਕੀ ਤੁਹਾਡੀ ਸਪੋਰਟ ਆ ਸਾਰਿਆਂ ਦੀ, ਤੁਹਾਨੂੰ ਕਿੱਦਾਂ ਪਸੰਦ ਆਉਂਦਾ, ਸ਼ੇਅਰ ਲਾਈਕ ਜ਼ਰੂਰ ਕਰਿਓ। ਮਜ਼ਾ ਆਉਂਦਾ ਹੈਗਾ ਜਦੋਂ ਪਿੰਡਾਂ 'ਚ ਸ਼ੂਟ ਕਰਦੇ ਹਾਂ ਆਪਾਂ? ਨਹੀਂ, ਬਿਲਕੁਲ ਮਜ਼ਾ ਆਉਂਦਾ, ਪਿੰਡ ਵਾਲੇ ਸਹਿਯੋਗ ਦਿੰਦੇ ਨੇ, ਅਤੇ ਪਿੰਡ ਵਾਲੇ ਹੁਣ ਵੀ ਬਹੁਤ ਆਏ ਹੋਏ ਨੇ, ਦੇਖਣ ਵੀ ਆਉਂਦੇ ਆ, ਮਿਹਨਤ ਨਾਲ ਵੀ ਕਰਾਉਂਦੇ ਆ, ਅਤੇ ਬਹੁਤ ਮਜ਼ਾ ਆਉਂਦਾ ਜਦੋਂ ਪਿਆਰ ਬਖਸ਼ਦੇ ਆ। ਬਹੁਤ ਵਧੀਆ ਜੀ, ਇਹ ਸਾਰੀ ਟੀਮ ਹੈਗੀ, ਟੀਮ ਮਿਲ ਜੁਲ ਕੇ ਕੰਮ ਕਰ ਰਹੀ ਹੈ। ਜਿਹੜਾ ਸੌਂਗ ਅੱਗੇ ਬਣ ਕੇ ਆਏਗਾ ਤੁਹਾਡੇ ਤੱਕ ਪਹੁੰਚੇਗਾ, ਉਸ ਤੋਂ ਬਾਅਦ ਤੁਸੀਂ ਲਾਈਕ ਅਤੇ ਕਮੈਂਟ ਜ਼ਰੂਰ ਕਰਨਾ। ਫੈਂਸ ਜੀ ਅਤੇ ਉਹਨਾਂ ਦੇ ਨਾਲ ਜੌਨੀ ਜੀ, ਸਰ ਅੱਜ ਦਾ ਜਿਹੜਾ ਤੁਹਾਡਾ ਇੱਥੇ ਖਾਸ ਕਾਰਜਕ੍ਰਮ ਕੀ ਹੈਗਾ? ਭਾਈ, ਤਿਸ਼ਾ ਫਿਲਮ ਪ੍ਰੋਡਕਸ਼ਨ ਤੋਂ ਆਪਾਂ ਗੱਲ ਕਰ ਰਹੇ ਹਾਂ, ਅਤੇ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਮੇਰੇ ਵੱਲੋਂ ਲਾਲੀ ਬੈਂਸ ਬੋਲ ਰਿਹਾ ਜੀ ਮੈਂ, ਅਤੇ ਆਪਾਂ ਅੱਜ ਭਾਅ ਜੀ ਇੱਥੇ ਕੈਮਰਾ ਲੈ ਕੇ ਆਏ ਹਾਂ, ਸੋ ਜਿੰਨਾ ਵੀ ਸ਼ੂਟ ਹੋ ਰਿਹਾ ਮੇਰੇ ਕੈਮਰੇ 'ਤੇ ਹੋ ਰਿਹਾ, ਸੋ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਅੱਗੇ ਤੋਂ ਬਹੁਤ ਬਹੁਤ ਘੈਂਟ ਘੈਂਟ ਗਾਣੇ ਹਰਪਾਲ ਭਾਈ ਦੇ ਆਉਂਦੇ ਰਹਿਣ, ਅਤੇ ਸਾਡਾ ਕੈਮਰਾ ਇੱਦਾਂ ਹੀ ਰੈਂਟ 'ਤੇ ਜਾਂਦਾ ਰਹੇ। ਬਹੁਤ ਖੁਸ਼ੀ ਦੀ ਗੱਲ ਹੁੰਦੀ ਜਦੋਂ ਕੋਈ ਕੰਮ ਮਿਲਣਾ ਸ਼ੁਰੂ ਹੁੰਦਾ, ਅਤੇ ਸਾਰਿਆਂ ਨੂੰ ਖੁਸ਼ੀ ਹੁੰਦੀ ਹੈਗੀ। ਲੁਧਿਆਣਾ ਦੀ ਐਂਟਰਟੇਨਮੈਂਟ ਸਟੇਜਾਂ ਦੇ ਖਲੀ ਸਾਹਿਬ ਨੂੰ, ਸਰ ਤੁਹਾਡਾ ਨਾਮ ਦੱਸੋ, ਅਤੇ ਸਭ ਤੋਂ ਵੱਡੀ ਚੀਜ਼ ਹੈਗੀ ਹੈ, ਅਸੀਂ ਤੁਹਾਨੂੰ ਕਈ ਮਿਲ ਚੁੱਕੇ ਹਾਂ ਕਈ ਵਾਰੀ, ਲੇਕਿਨ ਜਿਹੜਾ ਇੱਕ ਬੰਦੇ ਦਾ ਰੁਤਬਾ ਹੁੰਦਾ ਨਾ, ਇੱਕ ਸਟਾਈਲ ਹੁੰਦਾ ਗੱਲਬਾਤ ਕਰਨ ਦਾ, ਉਹ ਅੱਜ ਚੈਨਲ ਦੇ ਵਿੱਚ ਤੁਹਾਨੂੰ ਲੋਕ ਦੇਖਣਗੇ। ਸਤਿ ਸ਼੍ਰੀ ਅਕਾਲ ਜੀ, ਲਾਈਵ ਅਤੇ ਚੈਨਲ ਆਪ ਜੀ ਦਾ ਵੀ ਸਵਾਗਤ ਆ, ਔਰ ਸਪੈਸ਼ਲ ਧੰਨਵਾਦ ਜਿਹੜੇ ਸਾਨੂੰ ਦੇਖ ਰਹੇ ਨੇ, ਔਰ ਬੜਾ ਜ਼ਿਆਦਾ ਪਿਆਰ ਹੈ, ਇਸ਼ਕ ਹੈ, ਮੁਹੱਬਤ ਆ ਇਹਨਾਂ ਸਾਰਿਆਂ ਨਾਲ ਹੀ ਜਿਹੜੇ ਲਾਈਵ ਨੂੰ ਪਸੰਦ ਕਰਦੇ ਨੇ। ਜਿੰਨੇ ਤੁਹਾਡੇ ਵਿਊ ਕਮੈਂਟਸ ਆ ਸਾਰੇ ਬਹੁਤ ਅੱਛੇ ਆ, ਹੁਕਮ ਲਾਓ। ਸਰ ਪਹਿਲੀ ਗੱਲ, ਤੁਸੀਂ ਐਂਟਰਟੇਨਮੈਂਟ ਯੂਨਿਟ ਦੇ ਵਿੱਚ ਇੱਕ ਸਟੇਜ ਪਰਫੋਰਮ ਕਰਦੇ ਹੋ ਔਰ ਐਂਕਰਿੰਗ ਕਰਦੇ ਹੋ, ਅਤੇ ਤੁਹਾਨੂੰ ਲੁਧਿਆਣੇ ਦੇ ਵਿੱਚ ਇੱਕ ਨਾਂ ਦਿੱਤਾ ਜਾਂਦਾ, ਕਿਉਂਕਿ ਹਾਈਟ ਵੀ ਉਸ ਤਰ੍ਹਾਂ ਦੀ ਹੈਗੀ ਹੈ, ਬੋਡੀ ਉਸ ਤਰ੍ਹਾਂ ਦੀ, ਖਲੀ, ਐਂਟਰਟੇਨਮੈਂਟ ਖਲੀ ਜਿਹਨੂੰ ਆਪਾਂ ਕਹਿੰਦੇ ਹਾਂ, ਅਤੇ ਫੁੱਲ ਨੇਮ ਜਿਹੜੇ ਲੋਕ ਤੁਹਾਨੂੰ ਜਾਣਨਾ ਚਾਹਾਂਗੇ, ਤੁਹਾਡਾ ਫੁੱਲ ਨੇਮ ਕੀ ਹੈਗਾ, ਅਤੇ ਅੱਜ ਜਿਹੜਾ ਆਪਾਂ ਖੰਡੂਰ ਪਿੰਡ ਦੇ ਵਿੱਚ ਸ਼ੂਟ ਕਰ ਰਹੇ ਹਾਂ, ਉਹਦੇ ਵਿੱਚ ਤੁਹਾਡਾ ਖਾਸ ਰੋਲ ਕੀ ਹੈ? ਇੱਦਾਂ ਜੀ ਵੀ ਅੱਜ ਜਿਹੜਾ ਖੰਡੂਰ ਪਿੰਡ ਦੇ ਵਿੱਚ ਸ਼ੂਟ ਆ, ਉਹ ਮਾਂ ਵਾਲੇ ਸੌਂਗ ਦਾ ਵੀ, ਇੱਕ ਗਰੀਬ ਲੇਡੀ ਆ ਅਤੇ ਜਿਹਨਾਂ ਕੋਲ ਘਰ ਦਾ ਗੁਜ਼ਾਰਾ ਕਰਨ ਜੋਗੇ ਪੈਸੇ ਨਹੀਂ, ਤਾਂ ਉਹਨਾਂ ਨੇ ਕੁਛ ਕਰਜ਼ਾ ਲਿਆ ਹੁੰਦਾ, ਅਤੇ ਉਹ ਜਿਹੜੇ ਮੈਂ ਪੈਸੇ ਆਪਣੇ ਲੈਣ ਜਾਣਾ, ਉਹ ਮੇਰਾ ਕੰਸੈਪਟ ਆ ਜਿਹੜਾ ਮੇਰਾ ਸੀਨ ਆ ਉਹਦੇ 'ਚ, ਅਤੇ ਘਰਦਿਆਂ ਨੇ ਤਾਂ ਬੜਾ ਅੱਛਾ ਨਾਮ ਰੱਖਿਆ ਸੀ ਮੋਹਿਤ ਕਪੂਰ, ਅਤੇ ਲੋਕਾਂ ਨੇ ਬਸ ਹਾਈਟ ਦੇ ਕੇ, ਮਤਲਬ ਪਤਾ ਨਹੀਂ ਇੱਦਾਂ ਕਿੱਦਾਂ ਆਈਡੀਆ ਲਾ ਲੈਂਦੇ, ਪਰ ਕਹਿੰਦੇ ਹੁੰਦੇ ਵੀ ਜਿਹੜਾ ਗਿਫਟ ਮਿਲਿਆ ਹੋਵੇ ਉਹ ਬਹੁਤ ਅੱਛਾ ਹੁੰਦਾ, ਇਹ ਲੋਕਾਂ ਵੱਲੋਂ ਮੈਨੂੰ ਗਿਫਟ ਆ, ਇੱਕ ਨਾਮ ਦਾ ਗਿਫਟ ਬਹੁਤ ਵੱਡਾ ਹੁੰਦਾ, ਔਰ ਇਹ ਖਲੀ ਜਿਹੜੀ ਪਹਿਚਾਣ ਬਣਾਈ ਗਈ ਆ, ਬੇਸਿਕਲੀ ਵਿੱਕੀ ਬਾਦਸ਼ਾਹ ਜੀ ਦੇ ਨਾਲ ਮੈਂ 5 ਸਾਲ ਸੰਗਤ ਕੀਤੀ ਆ, ਅਤੇ ਬੜਾ ਪਿਆਰ ਦਿੱਤਾ ਲੋਕਾਂ ਨੇ, ਉਹਨਾਂ ਨੂੰ ਵੀ ਬੜਾ ਪਿਆਰ ਦਿੱਤਾ, ਅਤੇ ਉਹਨਾਂ ਦੇ ਥਰੂ ਹੀ ਸਾਡਾ ਨਾਮ ਬਣਿਆ, ਅਤੇ ਬੜੇ ਲੋਕ ਅੱਜ ਪੂਰੇ ਪੰਜਾਬ 'ਚ ਨਹੀਂ ਪੂਰੇ ਵਰਲਡ ਦੇ ਵਿੱਚ ਬਹੁਤ ਜ਼ਿਆਦਾ ਆਸ਼ੀਰਵਾਦ। ਇੱਕ ਦਿਨ ਤੁਹਾਡੀ ਹਾਈਟ ਹੈਗੀ ਹੈ, ਬੋਡੀ ਹੈਗੀ ਹੈ, ਲੈਂਗੁਏਜ ਹੈਗੀ ਹੈ, ਤੁਹਾਨੂੰ ਬੋਲੀਵੁੱਡ ਤੋਂ ਕੋਈ ਔਫਰ ਆਈ ਹੈ ਅੱਜ ਤੱਕ, ਜਾਂ ਬੋਲੀਵੁੱਡ ਦੇ ਵਿੱਚ ਕੋਈ ਛੋਟਾ ਮੋਟਾ ਰੋਲ ਕਿਸੇ ਵੀ ਚੀਜ਼ ਦੇ ਵਿੱਚ ਤੁਹਾਨੂੰ? ਮੈਂ ਜਿਹੜੇ ਸੌਂਗ ਜਿਹੜੇ ਪੰਜਾਬੀ, ਕਹਿਣ ਦਾ ਭਾਵ ਆ ਵੀ ਜਿਹੜੇ ਛੋਟੇ ਸਿੰਗਰਾਂ ਦੇ ਆ, ਉਹਨਾਂ ਦੇ ਵਿੱਚ ਮੈਂ ਐਜ਼ ਏ ਵਿਲਨ ਦਾ ਕੰਮ ਕੀਤਾ, ਅਤੇ ਬਾਕੀ ਵੱਡੇ ਭਾਈ ਹੁਣ ਬਹੁਤ ਉੱਪਰ ਤੱਕ ਪਲੇਟਫਾਰਮ ਆ, ਜੇ ਕੋਈ ਕਿਸੇ ਬਾਂਹ ਫੜੇਗਾ ਤਾਂ ਹੀ ਬੰਦਾ ਅੱਗੇ ਜਾਏਗਾ, ਕਿਉਂਕਿ ਮੈਂ ਅਕਸਰ ਕਹਿੰਦਾ ਹੁੰਦਾ ਵੀ ਬਿਨਾਂ ਅਕਲੋਂ ਦੁੱਧ ਨੂੰ ਜਾਗ ਨਹੀਂ ਲੱਗਦੇ, ਅਤੇ ਮਾੜੀ ਨੀਅਤ ਵਾਲੇ ਨੂੰ ਕਦੇ ਭਾਗ ਨਹੀਂ ਲੱਗਦੇ, ਅਤੇ ਜਿਹਦੇ ਸਿਰ 'ਤੇ ਹੋਵੇ ਹੱਥ ਮੇਰੇ ਸਾਈਂ ਦਾ, ਉਹਦੀ ਇੱਜ਼ਤ ਨੂੰ ਕਦੇ ਦਾਗ ਨਹੀਂ ਲੱਗਦੇ, ਅਤੇ ਅਕਸਰ ਜਿਹੜੇ ਮੇਰੇ ਸਾਈਂ ਨੇ ਚਾਹਿਆ ਜਦੋਂ ਕਿਰਪਾ ਹੋਈ, ਅਤੇ ਜ਼ਰੂਰ ਜੀ ਬੋਲੀਵੁੱਡ 'ਚ ਵੀ ਤੁਹਾਨੂੰ ਬਹੁਤ ਜਲਦੀ ਨਜ਼ਰ ਆਵਾਂਗੇ।
ਵੈਸੇ 2-4 ਫਿਲਮਾਂ ਦੇ ਵਿੱਚ ਗੱਲ ਚੱਲ ਰਹੀ ਆ, ਬਾਕੀ ਦੇਖੋ ਹੁਣ ਡਾਇਰੈਕਟਰ ਸਾਹਿਬ ਕੀ ਕਹਿੰਦੇ ਆ। ਸਾਡੇ ਵੱਲੋਂ ਸ਼ੁਭਕਾਮਨਾਵਾਂ ਨੇ, ਜਲਦੀ ਤੋਂ ਜਲਦੀ ਤੁਹਾਨੂੰ ਬਾਲੀਵੁੱਡ ਦੀ ਫਿਲਮਾਂ 'ਤੇ ਵੀ ਦੇਖੀਏ। ਦੀਪ ਮੇਕਓਵਰ ਜਿਹੜੇ ਹੈਗੇ ਨੇ ਆਰਟਿਸਟ ਦੇ ਜਿਹੜਾ ਮੇਕਅਪ ਕਰਦੇ ਨੇ, ਅਤੇ ਮੇਕਅਪ ਦੇ ਬਿਨਾਂ ਜਿਹੜਾ ਹੈਗਾ ਕੋਈ ਵੀ ਸ਼ੂਟ ਪੂਰਾ ਨਹੀਂ ਹੁੰਦਾ ਹੈਗਾ ਜੀ। ਸਤਿ ਸ਼੍ਰੀ ਅਕਾਲ, ਦੇਖਦੇ ਹੋ ਤੁਸੀਂ ਅੱਜ ਦਾ ਜਿਹੜਾ ਸ਼ੂਟ ਹੈਗਾ, ਅੱਜ ਦੇ ਸ਼ੂਟ ਨੂੰ ਦੇਖੀਏ ਤਾਂ ਬਹੁਤ ਵਧੀਆ ਚੱਲਦਾ ਪਿਆ। ਸਵੇਰ ਦੇ ਲੱਗੇ ਹੋਏ ਹਾਂ, ਮੇ ਬੀ ਆਪਾਂ 6 ਵਜੇ ਦੇ ਸ਼ੂਟ ਕਰਨ ਲੱਗੇ ਹੋਏ ਹਾਂ, ਅਤੇ ਹਜੇ ਤਾਂ 12 ਕੁ ਵਜੇ ਆ। ਹਜੇ ਲਾ ਲਓ ਕਿ ਤੁਸੀਂ 40% ਆਪਾਂ ਵੀਡੀਓ ਜਿਹੜੇ ਕੰਪਲੀਟ ਕਰ ਚੁੱਕੇ ਹਾਂ। ਇੰਨੀ ਗਰਮੀ ਵੀ ਹੈਗੀ ਹੈ, ਔਰ ਗਰਮੀ ਦੇ ਵਿੱਚ ਜਿਹੜਾ ਮੇਕਅਪ ਹੈਗਾ ਬਾਰ ਬਾਰ ਕਰਨਾ ਪੈ ਜਾਂਦਾ ਹੈਗਾ। ਹਾਂਜੀ, ਗਰਮੀ 'ਚ ਇੱਕ ਮੇਕਅਪ ਆਰਟਿਸਟ ਲਈ ਕਹਿੰਦੇ ਆ ਅਸਲ ਰੂਪ ਦਿਖਦਾ, ਹੈ ਨਾ, ਉਹਦੀ ਭਾਅ ਜਿਵੇਂ ਲਾ ਲਓ ਕਿ ਉਹਦੀ ਮਿਹਨਤ ਡਬਲ ਹੋ ਜਾਂਦੀ ਆ। ਇੱਕ ਫਿਰ ਵੀ ਕੁਛ ਪ੍ਰੋਡਕਟ ਇਹੋ ਜਿਹੇ ਆ ਗਏ ਨੇ ਮਾਰਕੀਟ 'ਚ ਕਿ ਸਟੇਬਲ ਰਹਿੰਦਾ ਪ੍ਰੋਡਕਟ, ਫਿਰ ਵੀ ਧੁੱਪ 'ਤੇ ਅੱਗੇ ਕੁਛ। ਅੱਜ ਕਿਹੜੇ ਖਾਸ ਆਰਟਿਸਟ ਦਾ ਮੇਕਅਪ ਕਰਨ ਨੂੰ ਮਿਲੇਗਾ? ਅੱਜ ਪਹਿਲੇ ਤਾਂ ਆਪਾਂ ਨੂੰ ਹਰਪਾਲ ਭਾਅ ਜੀ, ਹੈ ਨਾ, ਗਿੱਲ ਸਾਹਿਬ, ਉਹਨਾਂ ਦਾ ਆਪਾਂ ਨੂੰ ਵਧੀਆ ਮੇਕਅਪ ਕਰਾਂਗੇ, ਅਤੇ ਮੈਮ ਸਿਮਰਨ ਮੈਮ ਆਏ ਹੋਏ ਨੇ, ਅਤੇ ਉਹਨਾਂ ਦਾ ਉਹ ਸਿੰਗਰ ਭਾਅ ਜੀ ਵੀ ਆਪਣੇ ਹੈਗੇ ਨੇ, ਅਤੇ ਬਹੁਤ ਵਧੀਆ ਵਾ। ਜਾਣੀ ਕਿ ਇਸ ਤਰ੍ਹਾਂ ਲੱਗਦਾ ਹੈਗਾ ਜਿਹੜਾ ਇਸ ਤਰ੍ਹਾਂ ਦੀ ਟੀਮ ਦੇ ਨਾਲ ਵਰਕ ਕਰਨਾ, ਇੱਕ ਹਾਸੀ ਖੁਸ਼ੀ ਦਾ ਮਾਹੌਲ ਹੁੰਦਾ ਹੈਗਾ। ਹਾਂ, ਇਹ ਕਹਿ ਸਕਦੇ ਹਾਂ ਕਿ ਹਾਂ, ਯਾਰੀ ਦੋਸਤੀ ਵਾਲਾ ਸਾਡਾ ਮਾਹੌਲ ਹੁੰਦਾ, ਭਰਾਵਾਂ ਵਾਂਗਣ ਆਪਾਂ ਜਿਵੇਂ ਇੱਕ ਦੂਜੇ ਦੀ ਸਪੋਰਟ 'ਤੇ ਚੱਲਦੇ ਹਾਂ। ਜਾਣੀ ਕਿ ਲਾਈਕ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ? ਬਸ ਇਹੀ ਕਹਿੰਦਾ ਜੀ, ਜੇ ਜਦੋਂ ਗਾਣਾ ਆਉਂਦਾ ਵਾ ਤੁਸੀਂ ਗਾਣਾ ਦੇਖਿਓ, ਅਤੇ ਗਾਣੇ ਨੂੰ ਦੇਖ ਕੇ ਆਪਣੇ ਰਿਵਿਊ ਦਿਓ ਕਿ ਗਾਣਾ ਤੁਹਾਨੂੰ ਕਿਵੇਂ ਦਾ ਲੱਗਾ। ਜੋ ਨੇ ਜੀ, ਜਿਸ ਘਰ ਦੇ ਵਿੱਚ ਖੰਡੂਰ ਪਿੰਡ 'ਚ ਸ਼ੂਟ ਹੋ ਰਿਹਾ ਹੈਗਾ, ਉੱਥੇ ਦੇ ਸੁਰਨਜੀਤ ਜੀ, ਸਰ ਜਿਹੜਾ ਆਪਾਂ ਸ਼ੂਟ ਕਰਦੇ ਹਾਂ, ਮੰਨ ਲਓ ਕੋਈ ਫਿਲਮ ਇੰਡਸਟਰੀ ਵਾਲੇ ਆਉਂਦੇ ਜਾਂ ਪੰਜਾਬੀ ਗਾਣਾ ਸ਼ੂਟ ਕਰਨ ਆਉਂਦੇ ਹੈਗੇ, ਘਰ ਦਾ ਮਾਹੌਲ ਉਸ ਟਾਈਮ ਕੀ ਹੋ ਜਾਂਦਾ ਹੈਗਾ, ਔਰ ਪਿੰਡ ਦਾ ਮਾਹੌਲ ਕੀ ਹੋ ਜਾਂਦਾ, ਤੁਹਾਡੇ ਵਾਸਤੇ ਕਿੰਨਾ ਕੁ ਖੁਸ਼ੀ ਦਾ ਟਾਈਮ ਹੁੰਦਾ? ਦੇਖੋ ਜੀ, ਜਾਂ ਬਹੁਤ ਖੁਸ਼ੀ ਹੋ ਜਾਂਦੀ ਆ ਜਦੋਂ ਸਾਡੇ ਨਗਰ 'ਚ ਆਉਂਦੇ ਆ, ਬਹੁਤ ਖੁਸ਼ੀ ਵਾਲੀ ਗੱਲ ਆ। ਜਦੋਂ ਆ ਕੇ ਸ਼ੂਟ ਹੁੰਦੀਆਂ ਫਿਲਮਾਂ ਜਾਂ ਗਾਣੇ ਸ਼ੂਟ ਹੁੰਦੇ ਨੇ, ਨਗਰ ਦਾ ਮਾਣ ਵੱਧਦਾ, ਨਗਰ ਸਿਲੈਕਟ ਕੀਤਾ ਫਿਲਮ ਇੰਡਸਟਰੀ ਵਾਲਿਆਂ ਨੇ ਅਤੇ ਦੂਜਾ ਗਾਉਣ ਵਾਲਿਆਂ ਨੇ, ਇਹ ਕੁਛ ਇਹਦੇ ਵਿੱਚ ਖਾਸ ਆ ਪਿੰਡ ਦੇ ਵਿੱਚ, ਤਾਂ ਹੀ ਆ ਰਹੇ ਆ ਜੀ। ਨਹੀਂ, ਹੋਰ ਪਿੰਡਾਂ ਦੇ ਵਿੱਚ ਵੀ ਦੂਜਾ ਹੈਗੇ ਆਲੇ ਦੁਆਲੇ ਦੇ ਪਿੰਡ, ਤਕਰੀਬਨ ਮੇਰੇ ਇੱਥੇ ਘਰ ਦੇ ਵਿੱਚ 3ਵਾਰੀ ਸ਼ੂਟ ਹੋ ਚੁੱਕਿਆ ਜੀ ਪ੍ਰੋਗਰਾਮ। 2 ਫਿਲਮਾਂ ਹੋਈਆਂ ਜੀ। ਕਿਹੜੀ ਕਿਹੜੀ ਫਿਲਮ ਹੋਈ ਸੀਗੀ? ਅਤੇ ਫਿਲਮ ਦਾ ਜੀ ਇੰਨਾ ਮੈਨੂੰ ਨਾਂ ਨਹੀਂ ਚੇਤੇ ਹੈਗਾ, ਅਤੇ 2 ਹੋਈਆਂ ਨੇ ਪਰ। ਅਤੇ ਜਿਹੜਾ ਇਹ ਗਾਣਾ ਵਾ ਹੁਣ, ਇਹ ਵੀ ਸ਼ੂਟ ਹੋ ਰਿਹਾ ਵਾ, ਅਤੇ ਅਸੀਂ ਮਤਲਬ ਇਹਨਾਂ ਨੂੰ ਪਹਿਲ ਦੇ ਆਧਾਰ 'ਤੇ ਕਿਹਾ ਵੀ ਕੋਈ ਗੱਲ ਨਹੀਂ ਜੀ, ਆਇਆਂ ਦੇ ਭਾਈ ਆਓ ਕਰੋ ਸ਼ੂਟ। ਪਰ ਬੜਾ ਵਧੀਆ ਲੱਗਦਾ ਮਾਹੌਲ ਦੇ ਵਿੱਚੋਂ, ਨਗਰ ਦੇ ਵਿੱਚੋਂ ਬੀਬੀਆਂ ਆਈਆਂ, ਭੈਣਾਂ ਆਈਆਂ, ਮਾਤਾਵਾਂ ਆਈਆਂ ਨੇ, ਉਹ ਸਾਰਾ ਦੇਖ ਰਹੀਆਂ ਨੇ ਬਹਿ ਕੇ, ਜਿਵੇਂ ਪੁਰਾਣੇ ਬਜ਼ੁਰਗ ਸੱਭਿਆਚਾਰ ਹੁੰਦਾ ਸੀ, ਮੰਜਿਆਂ 'ਤੇ ਬਹਿ ਕੇ ਦੇਖ ਰਹੀਆਂ ਨੇ, ਕੁਰਸੀਆਂ 'ਤੇ ਬਹਿ ਕੇ ਦੇਖ ਰਹੇ ਆ, ਬੱਚੇ ਕੋਠਿਆਂ 'ਤੇ ਫਿਰਦੇ ਨੇ, ਐਨ ਵਧੀਆ ਦੇਖਦੇ ਆ ਮਾਹੌਲ। ਜਾਣੀ ਇੰਨੇ ਨਾ ਇੰਡਸਟਰੀ ਦੇ ਵਿੱਚ ਵੀ ਵਾਧਾ ਹੁੰਦਾ, ਵਧੀਆ ਲੱਗਦਾ, ਪੁਰਾਣਾ ਵਿਰਸਾ ਚੇਤੇ ਆਉਂਦਾ, ਅਤੇ ਬਜ਼ੁਰਗਾਂ ਵਾਲਾ। ਅਸੀਂ ਤਾਂ ਜੀ ਇਹੀ ਕਹਿ ਸਕਦੇ ਹਾਂ ਵੀ ਇਸ ਚੀਜ਼ਾਂ ਨਾਲ ਜੁੜੋ, ਨਸ਼ਿਆਂ ਤੋਂ ਰਹਿਤ ਰਹੋ, ਮਾੜੇ ਕੰਮਾਂ ਤੋਂ ਰਹਿਤ ਰਹੋ, ਅਤੇ ਗੁਰੂਆਂ ਪੀਰਾਂ ਦੀ ਧਰਤੀ ਆ, ਇਹਨੂੰ ਮਤਲਬ ਪਹਿਲ ਦੇ ਆਧਾਰ ਦੇ ਉੱਤੇ ਆਪਾਂ ਸੰਭਾਲ ਕੇ ਰੱਖੀਏ ਵਿਰਸੇ ਨੂੰ ਆਪਾਂ। ਇਸ ਪਿੰਡ ਦੇ ਅੰਮ੍ਰਿਤਪਾਲ ਜੀ, ਜਿਨ੍ਹਾਂ ਦੇ ਘਰ ਦੇ ਵਿੱਚ ਵੀ ਸ਼ੂਟ ਹੋ ਰਿਹਾ ਹੈਗਾ, ਸਰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਇਸ ਤਰ੍ਹਾਂ ਦਾ ਸ਼ੂਟ ਹੁੰਦਾ, ਔਰ ਟੀਮ ਇੱਕ ਆਉਂਦੀ ਹੈ ਪੂਰੀ, ਔਰ ਕਿੰਨਾ ਕੁ ਜਿਹੜਾ ਜਗ੍ਹਾ ਦਾ ਹੁੰਦਾ ਜਾਂ ਟਾਈਮ ਸਪੈਂਡ ਕਰਨਾ ਉਹਨਾਂ ਦੇ ਨਾਲ? ਵਧੀਆ ਲੱਗ ਰਿਹਾ ਜੀ, ਬਹੁਤ ਵਧੀਆ, ਪਹਿਲੀ ਵਾਰ ਤਾਂ ਦੇਖ ਰਹੇ ਸ਼ੂਟ, ਅਤੇ ਧੰਨਵਾਦ ਜੀ ਅਸੀਂ ਤੁਹਾਡੇ ਨਗਰ 'ਚ ਆਏ ਹੋ ਤੁਸੀਂ, ਅਤੇ ਇੱਥੇ ਆ ਕੇ ਸ਼ੂਟ ਕਰ ਰਹੇ ਹੋ, ਸਾਡੇ ਪਿੰਡ ਦੀ ਸ਼ੂਟਿੰਗ ਹੋ ਜਾਣੀ ਆ,
ਇਸ ਤੋਂ ਵਧੀਆ ਤਾਂ ਕੁਛ ਹੋਰ ਨਹੀਂ ਹੋ ਸਕਦਾ ਜੀ। ਕਾਫੀ ਜਿਹੜੇ ਨੇੜੇ ਤੇੜੇ ਪਿੰਡ ਲੱਗਦੇ ਹੈਗੇ ਜਿੱਦਾਂ ਮਨਸੂਰਾ ਹੋ ਗਿਆ ਜਾਂ ਗੁੱਜਰਵਾਲ ਹੋ ਗਿਆ ਔਰ ਆਪਣਾ ਖੰਡੂਰ ਸਾਹਿਬ, ਅਤੇ ਇੱਥੇ ਕੁਛ ਨਾ ਕੁਛ ਸ਼ੂਟ ਚੱਲਦਾ ਰਹਿੰਦਾ ਹੈਗਾ। ਸਲਮਾਨ ਖਾਨ ਵੀ ਇੱਥੇ ਸ਼ੂਟ ਕਰਕੇ ਗਏ ਸੀਗੇ ਅਤੇ ਸ਼ਾਹਰੁਖ ਖਾਨ ਵੀ ਇੱਥੇ ਆਏ ਨੇ ਅਤੇ ਬਹੁਤ ਅੱਛੇ ਅੱਛੇ ਐਕਟਰ ਆਉਂਦੇ ਨੇ ਪੰਜਾਬੀ ਫਿਲਮਾਂ ਤਾਂ ਆਲਰੇਡੀ ਸ਼ੂਟ ਹੁੰਦੀਆਂ ਨੇ, ਲੇਕਿਨ ਕੁਝ ਇਸ ਤਰ੍ਹਾਂ ਦਾ ਕੀ ਖਾਸ ਹੈਗਾ ਇਹਨਾਂ ਪਿੰਡਾਂ ਦੇ ਵਿੱਚ ਜਿਹੜਾ ਬਾਲੀਵੁੱਡ ਦੇ ਲੋਕ ਜਿਹੜੇ ਇੱਧਰਲੇ ਜਿਹੜਾ ਇੰਪ੍ਰੈਸ ਹੋ ਜਾਂਦੇ ਨੇ? ਇਹ ਜੀ ਕੁਦਰਤ ਦੀ ਦੇਣੀ ਹੈ, ਵਧੀਆ ਲੋਕੇਸ਼ਨ ਆ, ਜੋਧਾਂ ਦੇ ਨਾਲ ਆਪਣੇ ਕਿਲ੍ਹਾ ਰਾਏਪੁਰ ਹੋਈ ਸੀ ਸ਼ੂਟਿੰਗ, ਗੁਜਰਾਲਾ ਹੋਈ ਸੀਗੀ, ਉੱਥੇ ਆਈ ਆਪਣੇ ਅਮੀਰ ਖਾਨ ਸਲਮਾਨ ਖਾਨ ਆਇਆ ਸੀ, ਸਾਰੇ ਆਉਂਦੇ ਆ ਕਲਾਕਾਰ ਵੱਧ ਤੋਂ ਵੱਧ। ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ, ਤੁਸੀਂ ਇਸ ਤਰ੍ਹਾਂ ਦੀ ਕਿਹੜੀ ਖਾਸ ਚੀਜ਼ ਹੈ ਪਿੰਡਾਂ ਦੀ ਜਿਹੜੀ ਦੇਖਣ ਵਾਸਤੇ ਕਹੋਗੇ ਵੀ ਇਹ ਚੀਜ਼ ਆ ਕੇ ਸਾਡੇ ਕੋਲ ਦੇਖੋ? ਪਿੰਡਾਂ ਦਾ ਮਾਹੌਲ ਹੈ ਜੀ, ਸ਼ਹਿਰਾਂ 'ਚ ਤਾਂ ਇਹ ਚੀਜ਼ ਮਿਲਦੀ ਨਹੀਂ, ਜੋ ਕੁਛ ਹੈ ਪਿੰਡਾਂ 'ਚ ਮਿਲਦੇ ਆ, ਦੇਖਣਾ ਚਾਹੀਦਾ, ਸਭ ਨੂੰ ਅਪੀਲ ਕਰਾਂਗੇ ਵੱਧ ਤੋਂ ਵੱਧ ਦੇਖੋ। ਮੇਰੇ ਨਾਲ ਮੌਜੂਦ ਨੇ ਇਸ ਗਾਣੇ ਦੇ ਵਿੱਚ ਜਿਹੜੇ ਐਕਟ ਕਰਨੇ ਮਾਂ ਦਾ ਰੋਲ ਨਿਭਾ ਰਹੇ ਨੇ, ਸਿਮਰਨ ਸਹਿਜਪਾਲ ਜੀ, ਅਤੇ ਮੈਡਮ ਕਿਸ ਤਰ੍ਹਾਂ ਦੇਖਦੇ ਹੋ? ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਲੱਗ ਰਿਹਾ ਜੀ ਅੱਜ ਇਸ ਗਾਣੇ ਦਾ ਸ਼ੂਟ ਕਰਕੇ, ਪੂਰਾ ਮਾਂ ਪੁੱਤ ਵਾਲਾ ਫੀਲ ਆ ਰਿਹਾ ਮੈਨੂੰ, ਅਤੇ ਬੱਚਾ ਹਜੇ ਮੇਰਾ ਥੋੜ੍ਹਾ ਸ਼ਰਮਾਕਲ ਆ, ਬਟ ਫਿਰ ਵੀ ਮੈਂ ਉਹਨੂੰ ਕੋਪਰੇਟ ਕਰਕੇ ਉਹਨੂੰ ਕਰ ਰਹੀ ਹਾਂ ਕਿ ਤੂੰ ਕਰ ਲੈ। ਇੱਕ ਧੁੱਪ ਵੀ ਬਹੁਤ ਹੈਗੀ, ਬਹੁਤ ਧੁੱਪ ਦੇ ਵਿੱਚ ਤੁਹਾਡਾ ਸ਼ੂਟ ਹੋ ਰਿਹਾ ਹੈਗਾ? ਨਹੀਂ, ਆਰਟਿਸਟਾਂ ਵਾਸਤੇ ਮੈਨੂੰ ਲੱਗਦਾ ਵੀ ਧੁੱਪ ਮੀਂਹ ਛਾਂ ਇਹ ਕੋਈ ਮਾਇਨੇ ਨਹੀਂ ਰੱਖਦੇ, ਕਿਉਂਕਿ ਸਾਡਾ ਕੰਮ ਹੈ, ਸੋ ਅਸੀਂ ਪੂਰੀ ਸ਼ਿੱਦਤ ਨਾਲ ਕਰਨ ਦੀ ਕੋਸ਼ਿਸ਼ ਕਰੀਦੀ ਹੈ, ਸੋ ਇਹ ਧੁੱਪ ਤਾਂ ਪਤਾ ਮਾਇਨੇ ਨਹੀਂ ਰੱਖਦੀ ਹੈਗੀ ਜਦੋਂ ਤੁਸੀਂ ਕੰਮ ਕਰਦੇ। ਕੀ ਕਹਿਣਾ ਚਾਹੋਗੇ ਜਿਹੜੇ ਇਸ ਪਿੰਡ ਦੇ ਵਿੱਚ ਤੁਸੀਂ ਸ਼ੂਟ ਕਰ ਰਹੇ ਹੋ, ਖੰਡੂਰ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਤੁਹਾਨੂੰ ਦੇਖਣ ਨੂੰ ਮਿਲਿਆ ਪਿੰਡਾਂ ਦੇ ਲੋਕਾਂ ਨਾਲ? ਨਹੀਂ, ਬਹੁਤ ਵਧੀਆ ਸਾਡੇ ਸ਼ੂਟ 'ਤੇ, ਜਿਹੜੇ ਇੱਥੋਂ ਇਹਨਾਂ ਨੇ ਕਰਾਊਡ ਵਾਸਤੇ ਮੈਨੂੰ ਲੱਗਦਾ ਹੈ ਬੀਬੀਆਂ ਬੁਲਾਈਆਂ ਹੋਈਆਂ ਨੇ, ਸੋ ਬਹੁਤ ਕੋਆਪਰੇਟਿਵ ਨੇ, ਕਾਫੀ ਦੇਰ ਤੋਂ ਬੈਠੀਆਂ ਹੋਈਆਂ, ਔਰ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਪੇਸ਼ੈਂਸ ਦੀ ਸਾਨੂੰ ਦਾਤ ਦੇਣੀ ਚਾਹੀਦੀ ਹੈ ਕਿ ਜਿਹੜੇ ਇੰਨੀ ਗਰਮੀ ਦੇ ਵਿੱਚ ਉਹ ਵੀ ਬੈਠੇ ਨੇ, ਸਾਡਾ ਤਾਂ ਚਲੋ ਕੰਮ ਹੈ ਲੇਕਿਨ ਉਹਨਾਂ ਦਾ ਕੋਈ ਕੰਮ ਨਹੀਂ ਹੈਗਾ, ਬਟ ਫਿਰ ਵੀ ਉਹ ਬੈਠੇ ਨੇ ਸਾਡੇ ਨਾਲ, ਸੋ ਇਸ ਪਿੰਡ ਦੇ ਲੋਕ ਮੈਨੂੰ ਲੱਗਦਾ ਕਿ ਬਹੁਤ ਕੋਆਪਰੇਟਿਵ ਨੇ ਅਤੇ ਬਹੁਤ ਵਧੀਆ ਲੱਗ ਰਿਹਾ ਮੈਨੂੰ। ਅਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਵੱਲੋਂ? ਬਿਲਕੁਲ ਜੀ, ਇਹ ਗਾਣਾ ਇੱਕ ਮਾਂ ਦੇ ਉੱਪਰ ਬਣਿਆ, ਸੋ ਮਾਵਾਂ ਲਈ ਬੱਚੇ ਅਤੇ ਬੱਚਿਆਂ ਲਈ ਮਾਵਾਂ ਦੋਨਾਂ ਲਈ ਬਹੁਤ ਇੰਪੋਰਟੈਂਟ ਰੱਖਦੇ ਨੇ, ਸੋ ਇਹ ਗਾਣਾ ਸਭ ਨੂੰ ਮੈਨੂੰ ਲੱਗਦਾ ਕਿ ਹਾਰਟ ਟੱਚਿੰਗ ਹੋਏਗਾ, ਸੋ ਸਾਰੇ ਜਣਿਆਂ ਨੇ ਜ਼ਰੂਰ ਸੁਣਨਾ ਮੇਰੇ ਵੱਲੋਂ ਹਰਪਾਲ ਗਿੱਲ ਜੀ ਨੂੰ ਔਰ ਜੌਨੀ ਜੀ, ਬਾਕੀ ਸਾਰੇ ਜਿੰਨੇ ਵੀ ਇਸ ਗਾਣੇ ਦੇ ਕਰਿਊ ਹੈ, ਟੀਮ ਮੈਂਬਰਸ ਨੇ ਮੇਰੇ ਵੱਲੋਂ ਉਹਨਾਂ ਨੂੰ ਸਾਰਿਆਂ ਨੂੰ ਬੈਸਟ ਵਿਸ਼ਿਜ਼ ਨੇ, ਖੁਦ ਮੇਰੇ ਵੱਲੋਂ ਕਿਉਂਕਿ ਮੈਂ ਇਸ 'ਚ ਮੇਨ ਕੈਰੇਕਟਰ ਨਿਭਾ ਰਹੀ ਹਾਂ, ਮੈਂ ਆਪਣੇ ਵੱਲੋਂ ਵੀ ਦੁਆਵਾਂ ਕਰਦੀ ਹਾਂ ਕਿ ਇਹ ਗਾਣਾ ਬਹੁਤ ਹੀ ਸੁਪਰ ਡੁਪਰ ਹਿੱਟ ਜਾਏ। ਸ਼ੁਕਰੀਆ ਤੁਹਾਡਾ ਗੱਲ ਕਰਨ ਵਾਸਤੇ। ਸੋ ਮਾਂ ਗਾਣੇ ਦਾ ਜਿਹੜਾ ਸ਼ੂਟ ਹੈ ਪਿੰਡ ਖੰਡੂਰ ਦੇ ਵਿੱਚ ਹੋ ਰਿਹਾ ਹੈਗਾ ਅਤੇ ਸਾਰੀ ਟੀਮ ਇੱਥੇ ਮੌਜੂਦ ਹੈਗੀ ਹੈ, ਤੁਸੀਂ ਸਾਰਿਆਂ ਨਾਲ ਗੱਲ ਕੀਤੀ ਹੈ, ਅਸੀਂ ਤੁਹਾਨੂੰ ਸਾਰਿਆਂ ਦੇ ਨਾਲ ਗੱਲ ਵੀ ਕਰਵਾਈ, ਰੂਬਰੂ ਕਰਵਾਇਆ, ਲਾਸਟ ਦੇ ਵਿੱਚ ਗੱਲ ਹੋਈ ਸੀ ਸਿਮਰਨ ਮੈਡਮ ਦੀ, ਸਿਮਰਨ ਸਹਿਜਪਾਲ ਬਹੁਤ ਹੀ ਵੱਡੇ ਐਕਟਰ ਨੇ, ਅਤੇ ਤੁਸੀਂ ਦੇਖਦੇ ਰਹੋ ਲਾਈਵ 'ਤੇ ਚੈਨਲ, ਅਸੀਂ ਫਿਰ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਕੁਛ ਨਵੇਂ ਸ਼ੂਟ ਦੇ ਨਾਲ।